ਸਭਨੂੰ ਜੈ ਮਸੀਹ ਜੈ ਮਸੀਹ ਦੀ। ਤੇ ਬਤਕਵਾਲ ਜੀ, ਆਪਾਂ ਸਟੱਡੀ ਕੀਤੀ ਹੈ ਪਹਿਲਾਂ ਵੀ, ਦੇਖਿਆ ਰੱਬ ਕੀ ਹੈ, ਰੱਬ ਕੌਣ ਹੁੰਦਾ, ਹਾਂਜੀ, ਜਿਸ ਨੇ ਸਭ ਕੁਛ ਬਣਾਇਆ ਜੀ, ਹਾਂਜੀ। ਤੇ ਆਪਣੀ ਸਟੱਡੀ ਚੱਲ ਰਹੀ ਹੈ ਪਵਿੱਤਰ ਆਤਮਾ ਦੇ ਬਾਰੇ, ਤੇ ਹੁਣ ਆਪਾਂ ਦੇਖਦੇ ਹਾਂ ਜੀ, ਪਵਿੱਤਰ ਆਤਮਾ ਵੀ ਰੱਬ ਹੈ ਕੀ, ਪਵਿੱਤਰ ਆਤਮਾ ਰੱਬ ਹੈ। ਪਹਿਲਾਂ ਆਪਾਂ ਦੇਖ ਲਿਆ ਪਵਿੱਤਰ ਆਤਮਾ ਦੇ ਬਾਰੇ ਹੋਰ ਸਵਾਲ ਕੀਤਾ ਹੈਗਾ, ਹੁਣ ਇਹ ਸਵਾਲ ਹੈ ਜੀ ਕੀ ਪਵਿੱਤਰ ਆਤਮਾ ਰੱਬ ਹੈ। ਅਤੇ ਇੱਕ ਆਪਣੇ ਪਹਿਲਾਂ ਕੁਰੰਥੀਆਂ 8:5-6 ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਜੀ, ਜੀ ਜੀ, ਅਤੇ ਆਪਾਂ ਉਹ ਪੜ੍ਹ ਦਿੰਦੇ ਹੈਗੇ ਹਾਂ। ਉਹਦੇ ਵਿੱਚ ਲਿਖਿਆ ਹੈ ਪਹਿਲਾਂ ਕੁਰੰਥੀਆਂ 8:5-6, ਹਾਂਜੀ, ਥੈਂਕ ਯੂ। ਅਤੇ ਉਹਦੇ ਵਿੱਚ ਲਿਖਿਆ ਹੈ, ਸੋ ਦੈਨ ਹਾਂ, ਫੋਰ ਈਵਨ ਇਫ ਦੇਰ ਆਰ ਸੋ ਕਾਲ ਗੋਡਸ, ਗੋਡਸ ਛੋਟੀ ਜੀ ਦੇ ਨਾਲ ਗੋਡਸ, ਹਾਂਜੀ, ਵੈਦਰ ਇਨ ਹੈਵਨ ਔਨ ਅਰਥ, ਇਨਡੀਡ ਦੇਅਰ ਆਰ ਮੈਨੀ ਗੋਡਸ ਛੋਟੀ ਜੀ ਦੇ ਨਾਲ, ਐਂਡ ਮੈਨੀ ਲੋਰਡਸ, ਹਾਂਜੀ, ਯੈਟ ਫੋਰ ਅਸ ਪਰ ਦੇਅਰ ਇਜ਼ ਵਨ ਗੋਡ, ਹਾਂਜੀ। ਅਤੇ ਇੱਥੇ ਲਿਖਿਆ ਹੈਗਾ ਜੀ, ਬਹੁਤ ਪੰਜਾਬੀ ਦੇ ਵਿੱਚ ਹੈਗਾ ਆ, ਪੰਜਾਬੀ ਦੇ ਵਿੱਚ ਵੀ ਪੜ੍ਹ ਦਿੰਦੇ ਹਾਂ। ਅਤੇ ਉਹਦੇ ਵਿੱਚ ਲਿਖਿਆ ਹੈ ਪਹਿਲਾਂ ਕੁਰੰਥੀਆਂ 8:5, ਜੋ ਇੰਗਲਿਸ਼ ਪੜ੍ਹਿਆ ਉਹਦੀ ਟਰਾਂਸਲੇਸ਼ਨ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਹੈ, ਭਾਵੇਂ ਕਿੰਨੇ ਹੀ ਹਨ ਕਿ ਆਕਾਸ਼ ਦੇ ਵਿੱਚ ਧਰਤੀ ਉੱਤੇ ਜਿਹੜੇ ਦੇਵਤੇ ਕਰਕੇ ਸਦਾਉਂਦੇ ਹਨ, ਸਗੋਂ ਬਾਹਲੇ ਦੇਵਤੇ ਅਤੇ ਬਹੁਤੇ ਸਵਾਮੀ ਬਹੁਤ ਹਨ, ਪਰ ਸਾਡੇ ਲਈ ਭਾਵੇਂ ਇੱਕੋ ਪਰਮੇਸ਼ੁਰ ਹੈ ਜੋ ਪਿਤਾ, ਜਿਸ ਤੋਂ ਸਭ ਕੁਛ ਹੋਇਆ, ਹਾਂਜੀ, ਜਿਸ ਤੋਂ ਸਭ ਕੁਛ ਰਚਿਆ ਗਿਆ, ਅਤੇ ਅਸੀਂ ਉਸਦੇ ਲਈ ਹਾਂ, ਅਤੇ ਇੱਕੋ ਪ੍ਰਭੂ ਹੈ ਯਿਸੂ ਜਿਸ ਦੇ ਦਾਤਾ, ਇੱਕੋ ਹੀ ਪ੍ਰਭੂ ਹੈ ਜੋ ਯਿਸੂ ਮਸੀਹ ਹੈ, ਜਿਸ ਦੇ ਰਾਹੀਂ ਸਭੋ ਕੁਛ ਹੋਇਆ ਸਾ ਨਾਲੇ ਅਸੀਂ ਵੀ, ਹਾਂਜੀ। ਅਤੇ ਆਪਾਂ ਯਿਸੂ ਮਸੀਹ ਦੇ ਟੋਪਿਕ 'ਤੇ ਫਿਰ ਕਿਸੇ ਵੇਲੇ ਫਿਰ ਨੈਕਸਟ ਗੱਲ ਕਰ ਲਾਂਗੇ ਜੀ, ਆਪਾਂ ਹੁਣ ਗੱਲ ਕਰ ਰਹੇ ਹੈਗੇ ਹਾਂ ਪਰਮੇਸ਼ੁਰ ਔਰ ਪਵਿੱਤਰ ਆਤਮਾ ਦੀ ਗੱਲ, ਹਾਂਜੀ। ਅਤੇ ਇੱਥੇ ਲਿਖਿਆ ਜੀ, ਭਾਵੇਂ ਬਹੁਤ ਰੱਬ ਹਨ ਦੁਨੀਆਂ ਦੇ ਵਿੱਚ ਛੋਟੀ ਜੀ ਵਾਲੇ, ਦੇਵਤੇ, ਹਾਂਜੀ, ਅਤੇ ਕੀ ਪਵਿੱਤਰ ਆਤਮਾ ਉਹ ਜਿਹੜੇ ਬਹੁਤੇ ਦੇਵੀ ਦੇਵਤੇ ਹਨ, ਬਹੁਤ ਛੋਟੀ ਜੀ ਵਾਲੇ ਰੱਬ ਹਨ, ਗੋਡ ਹਨ, ਉਹ ਉਹਨਾਂ ਵਿੱਚੋਂ ਇੱਕ ਹੈ ਜਾਂ ਪਵਿੱਤਰ ਆਤਮਾ ਰੱਬ ਹੈ ਜਿਹੜਾ, ਜਿਸ ਨੇ ਸਭ ਕੁਛ ਬਣਾਇਆ, ਹਾਂਜੀ, ਹਾਲੇ, ਹਾਂਜੀ, ਕਿਉਂਕਿ ਫਿਰ ਨਾਲੇ ਵੀ ਲਿਖਿਆ ਰੱਬ ਇੱਕੋ ਹੀ ਹੈ ਜਿਸ ਨੇ ਸਭ ਕੁਛ ਬਣਾਇਆ, ਹਾਂਜੀ। ਕੀ ਇਹ ਪਵਿੱਤਰ ਆਤਮਾ ਉਹ ਰੱਬ ਹੈ ਜਿਸ ਨੇ ਸਭ ਕੁਛ ਬਣਾਇਆ, ਕਿ ਜਾਂ ਫਿਰ ਜਿਹੜੇ ਬਹੁਤ ਦੇਵੀ ਦੇਵਤੇ ਰੱਬ ਹਨ ਉਹ ਹਨ? ਸਭ ਤੋਂ ਪਹਿਲੇ ਇਸ ਸਵਾਲ ਨੂੰ ਕਲੀਅਰ ਕਰਨ ਲਈ ਅਸੀਂ ਇਹ ਤਾਂ ਦੇਖ ਲਿਆ ਨਾ, ਹਾਂਜੀ, ਇਸ ਸੰਸਾਰ ਵਿੱਚ ਲੋਕਾਂ ਦੇ ਬੜੇ ਦੇਵਤਾ ਅਤੇ ਰੱਬ ਹੈਗੇ ਨੇ, ਹਾਂਜੀ, ਠੀਕ ਹੈ। ਔਰ ਇੱਕ ਚੀਜ਼ ਹੋਰ ਇਹ ਕਿ ਜਿਸ ਤਰ੍ਹਾਂ ਪਹਿਲੇ ਗੱਲ ਕਰ ਰਹੇ ਸਾਂ ਕਿ ਇਹ ਜਿਹੜੇ ਉਹਨਾਂ ਦੇ ਰੱਬ ਦੇਵਤਾ ਨੇ ਉਹਨਾਂ ਨੂੰ ਇਨਸਾਨਾਂ ਨੇ ਬਣਾਇਆ, ਹੈਂ, ਕਿਸੇ ਨੇ ਬਣਾਇਆ, ਸਾਡਾ ਜਿਹੜਾ ਰੱਬ ਹੈ ਉਹਨੂੰ ਕਿਸੇ ਨੇ ਨਹੀਂ ਰਚਿਆ। ਅੱਛਾ, ਹੁਣ ਇਹ ਗੱਲ ਵਿਵਸਥਾ ਸਾਰ 6:4 ਤੁਸੀਂ ਪੜ੍ਹ ਲਓ, ਅਤੇ ਯਸਾਇਆ 44 ਦੀ ਇੱਕ ਹੋਰ ਆਇਤ, 6ਵੀਂ ਆਇਤ ਉਹ ਪੜ੍ਹ ਦਿਓ, ਅਤੇ ਯਸਾਇਆ 45 ਦੀ 21 ਆਇਤ, ਸੋ ਅੰਗਰੇਜ਼ੀ 'ਚ ਵੀ ਇਹਨਾਂ ਨੂੰ ਬੋਲ ਦਿਓ ਪਹਿਲੇ, ਤਾਂ ਕਿ ਜਿਹਨੇ ਨੋਟ ਕਰਨਾ ਕਰ। ਵਿਵਸਥਾ ਸਾਰ ਡਿਟੋਨਮੀ 6:4, ਯਸਾਇਆ 44 ਦੀ 6, ਹਾਂਜੀ, ਉਹ ਡਿਟੋਨਮੀ 6 ਦੀ 4 ਸੀਗੀ, ਹਾਂਜੀ, ਯਸਾਇਆ 44 ਦੀ 21, ਯਸਾਇਆ 45 ਦੀ 21, ਇਹ ਦੱਸ ਰਿਹਾ ਹੈ ਕਿ ਰੱਬ ਬਹੁਤ ਸਾਰੇ ਨਹੀਂ ਨੇ, ਇੱਕ, ਫਿਰ ਅੱਗੇ ਚਲਾਂਗੇ, ਹਾਂਜੀ। ਅਤੇ ਇਹ ਜ਼ਰੂਰੀ ਤਿੰਨੇ ਹਵਾਲੇ ਪੜ੍ਹ ਦਿਓ ਭਰਾ ਜੀ, ਠੀਕ ਹੈ ਜੀ, ਕਿਉਂਕਿ ਇਹ ਗੱਲ ਸੈਂਸਿਟਿਵ ਇਸ਼ੂ ਆ ਜਾਂਦਾ ਕਿ ਦੁਨੀਆਂ ਦੇ ਵੀ ਤਾਂ ਰੱਬ ਨੇ, ਜਿਸ ਤਰ੍ਹਾਂ ਤੁਸੀਂ ਇਹ ਪਹਿਲਾਂ ਕ੍ਰਾਂਤੀਆਂ 8:5-6 ਆਇਤ 'ਚ ਪੜ੍ਹਿਆ, ਵੀ ਉਹ ਕਿਹੜਾ ਰੱਬ ਹੈ ਸਾਡਾ, ਉੱਥੇ ਲਿਖਿਆ, ਹਾਂਜੀ ਹਾਂਜੀ, ਉਹ ਇਹ ਵਾਲਾ ਰੱਬ ਹੈ। ਹਾਂ, ਫਿਰ ਇਹਦੇ ਵਿੱਚੋਂ ਅੱਗੇ ਪਵਿੱਤਰ ਆਤਮਾ ਦਾ ਰੋਲ ਵੇਖ ਲਾਂਗੇ ਕਿ ਉਹਦਾ ਕੀ ਰੋਲ ਹੈ, ਕਿਉਂਕਿ ਪਵਿੱਤਰ ਆਤਮਾ ਅੱਗੇ ਜਾ ਕੇ ਦੇਖਾਂਗੇ ਉਹ ਵੀ ਰੱਬ ਹੈਗਾ, ਪ੍ਰਭੂ ਯਿਸੂ ਮਸੀਹ ਵੀ ਖੁਦਾ ਹੈਗਾ, ਹਾਂਜੀ, ਠੀਕ ਹੈ, ਇਹ ਬਾਅਦ ਦੇਖਾਂਗੇ, ਹਾਂਜੀ ਹਾਂਜੀ। ਇੱਥੇ ਲਿਖਿਆ ਹੈ
ਡਿਟੋਨੋਮੀ ਵਿਵਸਥਾ ਸਾਰ 6:4 ਦੇ ਵਿੱਚ ਸਤਿਸ਼ਨਾ ਅਸਤਿਸ਼ਨਾ ਹਾਂਜੀ ਤੇ ਵਿਵਸਥਾ ਹਾਂਜੀ ਹਾਂ ਕਿ ਸਤਿਸ਼ਨਾ ਉਰਦੂ 'ਚ ਹੈ ਹਾਂਜੀ ਓਕੇ ਠੀਕ ਹੈ ਇਹ 'ਚ ਲਿਖਿਆ ਹੈ ਹੇ ਇਜ਼ਰਾਇਲ ਸੁਣੋ ਯਹੋਵਾ ਸਾਡਾ ਪਰਮੇਸ਼ਰ ਇੱਕੋ ਹੀ ਯਹੋਵਾ ਹੈ ਇੱਕੋ ਹੀ ਹਾਂਜੀ ਬਿਲਕੁਲ ਜੀ ਹਾਂਜੀ ਅਤੇ ਹੁਣ ਮੈਂ ਆਪਣੇ ਪੜ੍ਹ ਦੇਵਾਂ ਇਜ਼ਾਇਆ ਪੜ੍ਹ ਦੇਵਾਂ ਜੀ ਹਾਂ ਇਹ ਤਿੰਨ ਜਿਹੜੀਆਂ ਤੁਹਾਨੂੰ ਯਸਾਇਆ ਓਕੇ 44 ਦੀ ਤੁਸੀਂ ਨੋਟ ਕੀਤੀ ਹੈ ਹਾਂਜੀ ਇਜ਼ਾਇਆ 44 ਦੀ 6 ਵਿੱਚ ਲਿਖਿਆ ਹੈ ਯਹੋਵਾ ਇਜ਼ਰਾਇਲ ਦਾ ਪਰਮੇਸ਼ਰ ਅਤੇ ਉਸ ਦਾ ਛਡਾਉਣ ਵਾਲਾ ਹਾਂ ਸੈਨਾਵਾਂ ਦਾ ਯਹੋਵਾ ਇਹੋ ਫਰਮਾਉਂਦਾ ਹੈ ਮੈਂ ਆਦ ਹਾਂ ਮੈਂ ਆਦ ਆਦ ਹਾਂ ਸ਼ੁਰੂ ਤੋਂ ਹੀ ਹਾਂ ਹਾਂ ਮਤਲਬ ਹੈ ਨਾ ਅਤੇ ਮੈਂ ਅੰਤ ਹਾਂ ਮੈਂ ਅੰਤ ਹਾਂ ਮੇਰੇ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ ਨਹੀਂ ਮੇਰੇ ਤੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ ਯਹੋਵਾ ਇਜ਼ਰਾਇਲ ਦਾ ਰੱਬ ਕਹਿੰਦਾ ਮੈਂ ਹੀ ਰੱਬ ਹਾਂ ਗੱਲ ਹੀ ਮੁੱਕ ਰਹੀ ਮੇਰੇ ਤੋਂ ਬਿਨਾਂ ਹੋਰ ਨਹੀਂ 45 ਜ਼ਾਇਆ 45 ਦੀ ਜੀ 45 ਦੀ ਇਜ਼ਾਇਆ 45 ਦੀ 21 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ ਬਿਆਨ 45 ਦੀ 21 ਹੈ ਨਾ ਜੀ ਬਿਆਨ ਕਰੋ ਅਤੇ ਪੇਸ਼ ਕਰੋ ਹਾਂ ਇਹ ਇਕੱਠੇ ਸਲਾਹ ਕਰਨ ਕਿਸੇ ਦੇ ਪੁਰਾਣੇ ਸਮੇਂ ਤੋਂ ਇਹ ਸੁਣਿਆ ਹਾਂ ਮਤਲਬ ਇੱਕ ਗੱਲ ਪਾਉਣ ਡਿਆ ਹਾਂਜੀ ਗੱਲਬਾਤ ਕਰੋ ਸਲਾਹ ਕਰੋ ਗੱਲਬਾਤ ਕਰੋ ਛਾਣਬੀਨ ਕਰੋ ਛਾਣਬੀਨ ਕਰੋ ਬੈਠੋ ਇਕੱਠੇ ਗੱਲ ਕੀ ਕਿਸੇ ਨੇ ਸੁਣਿਆ ਕਿਸੇ ਨੇ ਪ੍ਰਾਚੀਨ ਸਮੇਂ ਤੋਂ ਉਸ ਦਾ ਵਰਣਨ ਕੀਤਾ ਉਹਦਾ ਵਰਣਨ ਕੀਤਾ ਭਲਾ ਮੈਂ ਯਹੋਵਾ ਨੇ ਹੀ ਨਹੀਂ ਹਾਂ ਭਲਾ ਮੈਂ ਯਹੋਵਾ ਹੀ ਨਹੀਂ ਹਾਂ ਕਿ ਭਲਾ ਮੈਂ ਯਹੋਵਾ ਹੀ ਨਹੀਂ ਮੈਥੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ ਧਰਮੀ ਪਰਮੇਸ਼ਰ ਅਤੇ ਮੁਕਤੀਦਾਤਾ ਮੈਥੋਂ ਛੋਟ ਕੋਈ ਹੀ ਨਹੀਂ ਠੀਕ ਹੈ ਹਾਂਜੀ ਮੈਥੋਂ ਬਿਨਾਂ ਹੋਰ ਕੋਈ ਪਰਮੇਸ਼ਰ ਨਹੀਂ ਕੋਈ ਧਰਮੀ ਨਹੀਂ ਪਰਮੇਸ਼ਰ ਅਤੇ ਮੁਕਤੀਦਾਤਾ ਮੈਥੋਂ ਛੋਟ ਹੋਰ ਹੈ ਹੀ ਨਹੀਂ ਪਹਿਲੇ ਤਾਂ ਇਹ ਕਲੀਅਰ ਹੋ ਗਿਆ ਹਾਂ ਜੇ ਮੁਕਤੀ ਲੈਣੀ ਆ ਤੇ ਤਾਂ ਯਹੋਵਾ ਪਰਮੇਸ਼ਰ ਕਹਿ ਰਿਹਾ ਮੇਰੇ ਕੋਲ ਆਓ ਮੈਥੋਂ ਮੁਕਤੀ ਮਿਲੇਗੀ ਹਾਂਜੀ ਹਾਂਜੀ ਠੀਕ ਹੈ ਅੱਛਾ ਇਹ ਤਾਂ ਗੱਲ ਕਲੀਅਰ ਹੋ ਗਈ ਹਾਂਜੀ ਹੁਣ ਅੱਗੇ ਚਲੋ ਕਿ ਪਵਿੱਤਰ ਆਤਮਾ ਸੋਰੀ ਤੁਹਾਡੇ ਇਹ ਸੀ ਕਿ ਪਵਿੱਤਰ ਆਤਮਾ ਵੀ ਗੋਡ ਹੈਗਾ ਹਾਂ ਮਤਲਬ ਕਿ ਹਾਂਜੀ ਵੀ ਬਹੁਤ ਰੱਬ ਹਨ ਹਾਂਜੀ ਅਤੇ ਅੱਗੇ ਇਹ ਤਾਂ ਦੱਸਤਾ ਹਾਂਜੀ ਇਹ ਤਾਂ ਤੁਸੀਂ ਦੱਸਤਾ ਵੀ ਇਜ਼ਰਾਇਲ ਦਾ ਜਿਹੜਾ ਰੱਬ ਆ ਕਹਿੰਦਾ ਮੈਂ ਹੀ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਅਤੇ ਆਪਾਂ ਜਿਹੜੀ ਪਹਿਲੀ ਪੜ੍ਹੀ ਸੀਗੀ ਪਹਿਲਾ ਕਰੰਥੀਆਂ 8:5 ਦੇ ਵਿੱਚ ਉਹਦੇ ਵਿੱਚ ਲਿਖਿਆ ਬਹੁਤ ਰੱਬ ਆ ਇੱਥੇ ਲਿਖਿਆ ਹੈਗਾ ਮੇਰੇ ਤੋਂ ਬਿਨਾਂ ਕੋਈ ਨਹੀਂ ਜੀ ਅਤੇ ਫਿਰ ਇਹ ਫਿਰ ਦੁਨੀਆਂ ਦੇ ਇਹ ਕਿੱਦਾਂ ਫਿਰ ਇਹ ਇਸ ਤਰ੍ਹਾਂ ਹੈ ਕਿ ਦੁਨੀਆਂ ਦੇ ਅਤੇ ਰੱਬ ਬੜੇ ਹੀ ਸਾਰੇ ਨੇ ਹਾਂ ਦੇਖੋ ਨਾ ਉਹ ਫਿਰ ਸੱਚੇ ਨਹੀਂ ਗੇ ਦੇਖੋ ਉੱਥੇ ਤਾਂ ਬਾਈਬਲ 'ਚ ਫੈਸਲਾ ਹੋ ਗਿਆ ਨਾ ਕਿ ਉਹ ਝੂਠੇ ਨੇ ਕਿੱਥੇ ਲਿਖਿਆ ਜੀ ਉਹ ਵੀ ਆ ਪੜ੍ਹਿਆ ਨਹੀਂ ਹੈਗਾ ਹੁਣ ਹੀ ਭਜਨ 'ਚ ਪੜ੍ਹਾ ਦਿੰਦੇ ਅੱਛਾ ਨਾਲ ਹੀ ਭਜਨ ਖੋਲ ਲਓ ਸਾਮਸ ਖੋਲ ਲਓ ਅਸਲੀ ਗੱਲ ਇਹ ਵੇ ਕਿ ਤੁਹਾਨੂੰ ਯਾਦ ਹੈ ਕਿ ਬਨੀ ਇਸਰਾਇਲ ਕੌਮ ਜਿਹੜੀ ਸੀ ਉਹ ਗੁਲਾਮੀ 'ਚ ਸੀ ਕਿਹਦੀ ਭਲਾ ਮਿਸਰ ਦੀ ਅਤੇ ਉਹ ਉਹਨਾਂ ਦੇ ਨਾ ਕੀ ਕਹਿ ਲਓ ਰੱਬ ਨੇ ਖੁਦਾ ਨੇ ਉੱਥੇ 10 ਆਫਤਾਂ ਘੱਲੀਆਂ ਪਲੇਗਸ ਹਾਂਜੀ ਉਹ ਵੱਖਰੇ ਵੱਖਰੇ ਉਹਨਾਂ ਦੇ ਗੋਡ ਸਨ ਕਿ ਸਾਨੂੰ ਇਸ ਇਸ ਗੱਲ ਤੋਂ ਬਚਾਏਗਾ ਪਰ ਆਪਣੇ ਜੀ ਇਹ ਦੱਸ ਦਿਓ ਜ਼ਰਾ ਕਲੀਅਰ ਹਾਂਜੀ ਉਹ ਤਾਂ ਹੈ ਇਸ ਤੋਂ ਬਿਨਾਂ ਹੋਰ ਲਿਖਿਆ ਰੱਬ ਖਾਸ ਲਿਖਿਆ ਹੈਗਾ ਜੀ ਕਹਿੰਦਾ ਮੈਂ ਹੀ ਇਜ਼ਰਾਇਲ ਦਾ ਰੱਬ ਮੈਂ ਹੀ ਰੱਬ ਹਾਂ ਬਾਕੀ ਜਿਹੜੇ ਦੇਸ਼ਾਂ ਦੇ ਰੱਬ ਉਹ ਕੀ ਆ ਜੀ ਉਹ ਬਾਈਬਲ 'ਚ ਉਹ ਰੱਬ ਛੋਟੇ ਜੀ ਨਾਲ ਉਹ ਝੂਠੇ ਆ ਬੁੱਤ ਆ ਅਸੀਂ ਇੰਜ ਕਰੀਏ ਜ਼ਬੂਰ 115 ਭਜਨ ਦੇ ਵਿੱਚ ਆ ਜਾਓ ਹਾਂਜੀ ਅਤੇ ਪਹਿਲੀਆਂ 8 ਹੀ ਆਇਤਾਂ ਪੜ੍ਹ ਦਿਓ ਹੁਣ ਲਾਜ਼ਮੀ ਹੈ ਪੜ੍ਹਨਾ ਓਕੇ ਜੀ ਕਿ ਬਾਈਬਲ ਬਹੁਤ ਹੋਰ ਵੀ ਜਗ੍ਹਾਵਾਂ ਨੇ ਹਾਂਜੀ ਮਤਲਬ ਤੁਸੀਂ ਨੋਟ ਕਰ ਲਓ ਭਜਨ 133 ਦੀਆਂ 13 ਤੋਂ ਲੈ ਕੇ 18 ਆਇਤਾਂ ਇਹ ਵੀ ਪੜ੍ਹ ਲਓ ਠੀਕ ਹੈ ਇਹ ਇਸ ਲਈ ਨੋਟ ਕਰਾ ਰਹੇ ਹਾਂ ਚਲੋ ਇਹ ਹੀ ਪੜ੍ਹ ਦਿਓ 115 ਦੀ ਕਿ ਉਹ ਬਾਈਬਲ ਉਹਨਾਂ ਦੇ ਮੁਤਲਿਕ ਕੀ ਕਹਿ ਰਹੀ ਅਸੀਂ ਨਹੀਂ ਕਹਿ ਰਹੇ ਦੇਖੋ ਅਸੀਂ ਕਿਸੇ
रिलीजन या उन्हों असी नहीं बुरा भला कह रहे, असी ये कह रहे हैं कि खुद गॉड की कह रहे हैं उन्होंने जी। हाँ जी बहुत बढ़िया। हाँ जी आप पढ़ते हैं जी भजन जगूर 115 दियां पहलियां 8 आयतां जी। जी हाँ ओके जी उदों च लिखा हैगा सानू नहीं हे यहोवा सानू नहीं ਸਗੋਂ ਆਪਣੇ ਹੀ ਨਾਮ ਨੂੰ ਆਪਣੀ ਦਇਆ ਅਤੇ ਸੱਚਾਈ ਦੇ ਕਾਰਨ ਵਡਿਆਈ ਦੇ। ਹਾਂਜੀ ਸਾਨੂੰ ਨਹੀਂ ਤੂੰ ਆਪਣੇ ਨਾਮ ਦੇ ਖਾਤਰ ਆਪਣੇ ਆਪ ਨੂੰ ਵਡਿਆਈ। ਹਾਂਜੀ ਕੌਮਾਂ ਕਿਉਂ ਆਖਣ ਉਹਨਾਂ ਦਾ ਪਰਮੇਸ਼ੁਰ ਕਿੱਥੇ ਹੋਏ ਹਾਂਜੀ ਹੋਇਓ ਹਾਂਜੀ ਕਿੱਥੇ ਹੈ ਸਾਡਾ ਪਰਮੇਸ਼ੁਰ ਸਵਰਗ ਵਿੱਚ ਹੈ। ਉਹ ਪੁੱਛਦੇ ਨੇ ਤੁਹਾਡਾ ਪਰਮੇਸ਼ੁਰ ਕਿੱਥੇ, ਸਾਡਾ ਤਾਂ ਐਂ ਨੇ ਬੁੱਤ ਸੁੱਤ ਹੈਗੇ ਨੇ, ਹਾਂਜੀ ਤੁਹਾਡਾ ਕਿੱਥੇ ਵੀ ਨਜ਼ਰ 'ਤੇ ਆਉਂਦਾ ਨੇ। ਹਾਂ ਬਿਲਕੁਲ ਬਿਲਕੁਲ ਸਾਡਾ ਤੇ ਸਵਰਗ ਹੈ ਸਾਡਾ ਸਵਰਗ। ਉਹਨਾਂ ਨੇ ਜੋ ਚਾਹਿਆ ਸੋ ਕੀਤਾ। ਹਾਂਜੀ ਦੁਨੀਆ ਦੀ ਗੱਲ ਸੰਸਾਰ ਦੀ ਗੱਲ। ਹਾਂਜੀ ਉਹਨਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਸੋਨਾ ਚਾਂਦੀ ਦੇ ਹਨ ਹੁੰਦੇ, ਉਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ। ਇਹ ਗੱਲ ਹੋ ਗਈ। ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ, ਉਹਨਾਂ ਦੀਆਂ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ, ਉਹਨਾਂ ਦੇ ਕੰਨ ਤਾਂ ਹਨ ਪਰ ਉਹ ਸੁਣਦੇ ਨਹੀਂ, ਉਹਨਾਂ ਦੇ ਨੱਕ ਤਾਂ ਹਨ ਪਰ ਉਹ ਸੁੰਘਦੇ ਨਹੀਂ, ਉਹਨਾਂ ਦੇ ਹੱਥ ਵੀ ਹਨ ਪਰ ਉਹ ਫੜਦੇ ਨਹੀਂ, ਉਹਨਾਂ ਦੇ ਪੈਰ ਵੀ ਹਨ ਪਰ ਉਹ ਚੱਲਦੇ ਨਹੀਂ, ਨਾ ਉਹ ਆਪਣੇ ਸੰਗ ਤੋਂ ਹੁੰਗਾਰਾ ਦਿੰਦੇ ਹਨ। ਹੁਣ ਆਪਣੇ ਮਤਲਬ ਬੋਲਦੇ ਆਪਣੇ ਸੰਗ ਤੋਂ ਕੁਛ ਬੋਲਦੇ ਵੀ ਹੁੰਗਾਰਾ ਵੀ ਨਹੀਂ ਦਿੰਦੇ। ਹਾਂਜੀ ਉਹਨਾਂ ਦੇ ਬਣਾਉਣ ਵਾਲੇ ਉਹਨਾਂ ਵਰਗੇ ਹੀ ਵਰਗੇ ਹੋਣਗੇ, ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਇਹ ਕਲਾਮ ਦਾ ਫੈਸਲਾ ਹੈ। ਅਗਲੀ ਆਇਤ ਬਾਈਬਲ ਪੜ੍ਹ ਰਹੇ ਜੀ ਅਸੀਂ, ਆਪਣੇ ਕੋਲੋਂ ਕੁਛ ਨਹੀਂ ਕਰ ਰਹੇ। ਹੇ ਇਜ਼ਰਾਇਲ ਯਹੋਵਾ ਉੱਤੇ ਭਰੋਸਾ ਰੱਖ, ਯਹੋਵਾ ਉੱਤੇ ਭਰੋਸਾ ਰੱਖ, ਉਹ ਉਹਨਾਂ ਦਾ ਸਹਾਇਕ ਅਤੇ ਉਹਨਾਂ ਦੀ ਢਾਲ ਹੈ। ਉਹਨਾਂ ਦੀ ਢਾਲ। ਸਰ ਜੀ 135 ਦੀ 15 ਤੋਂ 18 ਪੜ੍ਹ ਦਿਓ। 13 ਲਿਖਾਈ ਸੀ, 15 ਤੋਂ 18 ਪੜ੍ਹ, 15 ਤੋਂ 18 ਪੜ੍ਹ ਦਿਓ 4 ਆਇਤਾਂ। ਠੀਕ ਹੈ ਜੀ। ਦੇਖੋ ਇਹ ਸਵਾਲ ਕੀਤਾ, ਬਾਈਬਲ ਜਵਾਬ ਦੇ ਰਹੀ ਹੈ। ਹਾਂਜੀ ਇਹ ਜਬ ਭਜਨ ਜਬੂਰ 135 ਦੀ 15 ਤੋਂ 18 ਉਹਦੇ ਵਿੱਚ ਲਿਖਿਆ ਹੈ ਪਰਾਈਆਂ ਕੌਮਾਂ ਦੇ ਬੁੱਤ ਸੋਨਾ ਚਾਂਦੀ ਹੀ ਹਨ, ਉਹ ਇਨਸਾਨ ਦੇ ਹੱਥਾਂ ਦੀ ਬਨਾਵਟ ਹਨ, ਉਹਨਾਂ ਦੇ ਮੂੰਹ ਤਾਂ ਹਨ ਪਰ ਉਹ ਬੋਲਦੇ ਨਹੀਂ, ਉਹਨਾਂ ਦੀ ਅੱਖਾਂ ਤਾਂ ਹਨ ਪਰ ਉਹ ਵੇਖਦੇ ਨਹੀਂ, ਉਹਨਾਂ ਦੇ ਕੰਨ ਤਾਂ ਹਨ ਪਰ ਉਹ ਕੰਨ ਉਹ ਆਪਾਂ ਜਿਹੜਾ ਪਹਿਲਾਂ ਪੜ੍ਹਿਆ ਸੀ ਉਹੀ ਉਹਦੇ ਵਰਗਾ ਹੈ ਨਾ, ਉਹਨਾਂ ਦੇ ਕੰਨ ਤਾਂ ਹਨ ਪਰ ਉਹ ਕੰਨ ਨਹੀਂ ਲਾਉਂਦੇ। ਹਾਂਜੀ ਹਾਂ ਉਹਨਾਂ ਦੇ ਮੂੰਹ ਵਿੱਚ ਸਾਹ ਹੈ ਹੀ ਨਹੀਂ। ਹਾਂਜੀ ਅਤੇ ਉਹਨਾਂ ਦੇ ਬਣਾਉਣ ਵਾਲੇ ਉਹਨਾਂ ਹੀ ਵਰਗੇ ਹੋਣਗੇ, ਨਾਲੇ ਉਹ ਸਾਰੇ ਜਿਹੜੇ ਉਹਨਾਂ ਉੱਤੇ ਭਰੋਸਾ ਰੱਖਦੇ ਹਨ। ਹਾਂਜੀ ਬਿਲਕੁਲ ਗੱਲ ਇਹੀ ਹੈ, ਇਹ ਬਾਈਬਲ ਇਹ ਦੱਸ ਰਹੀ ਹੈ। ਹਾਂਜੀ ਲੇਕਿਨ ਪਵਿੱਤਰ ਆਤਮਾ ਦਾ ਗੱਲ ਕੀ ਹੈ, ਪਵਿੱਤਰ ਆਤਮਾ ਵੀ ਗੋਡ ਹੈਗਾ। ਅੱਛਾ ਉਹ ਕਹਿੰਜੇ ਕਿ ਚੇਲਿਆਂ ਦੇ ਕਰਤੱਵ, ਆਪਾਂ ਆਪਣਾ ਜਿਹੜੀ ਆਪਾਂ ਪਹਿਲੀ ਦੇਖਿਆ ਸੀ ਕਿ ਰੱਬ ਕੀ ਹੁੰਦਾ, ਰੱਬ ਉਹ ਹੁੰਦਾ ਜਿਹਨੇ ਸਾਰਾ ਕੁਛ ਬਣਾਇਆ, ਅਤੇ ਇਹਦਾ ਮਤਲਬ ਪਵਿੱਤਰ ਆਤਮਾ ਦਾ ਬਣਾਉਣ ਦੇ ਵਿੱਚ ਹਿੱਸਾ ਹੈ, ਬਣਾਇਆ ਸ੍ਰਿਸ਼ਟੀ ਕ੍ਰੀਏਸ਼ਨ ਦੇ ਵਿੱਚ। ਹਾਂਜੀ ਸੋਰੀ ਤੁਸੀਂ ਚੇਲਿਆਂ ਦੇ ਜੀ, ਚਲੋ ਫਿਰ ਕ੍ਰੀਏਸ਼ਨ ਦੇ ਵਿੱਚ ਹੈ, ਅਤੇ ਅਸੀਂ ਇੰਝ ਕਰਦੇ ਹਾਂ ਕਿ ਤੁਸੀਂ ਪਵਿੱਤਰ ਆਤਮਾ ਵੀ ਸ਼ੁਰੂ ਤੋਂ ਹਾਂ ਅਸਲ ਵਿੱਚ ਇਹ ਵੇ ਗੋਡ ਹੈਡ ਕਹਿੰਦੇ ਨੇ ਉਹਨੂੰ, ਜਾਂ ਜ਼ਾਤ ਜਿਹੜੀ ਹੈ ਨਾ, ਹੈ ਨਾ। ਅੱਛਾ ਇੰਝ ਕਰੀਏ ਕਿ ਗੋਡ ਜਿਹੜਾ ਹੈਗਾ ਉਹਦੇ ਵਿੱਚ ਤਿੰਨ ਜਿਹੜੇ ਨੇ ਉਹ ਰੂਹਾਨੀ ਸ਼ਖਸ ਨੇ, ਪਿਤਾ ਪੁੱਤਰ ਪਵਿੱਤਰ ਆਤਮਾ। ਲੇਕਿਨ ਅਸੀਂ ਪੁਆਇੰਟ 'ਤੇ ਆ ਜਾਈਏ ਕਿ ਪਵਿੱਤਰ ਆਤਮਾ ਜਿਹੜਾ ਉਹ ਗੋਡ ਇਸ ਲਈ ਹੈ, ਅਬਰਾਨੀਆਂ 9:14 ਅਤੇ ਚੇਲਿਆਂ ਦੇ ਕਰਤੱਵ ਉਹਦੀ 5:3-5 ਦੇ ਮੁਤਾਬਿਕ ਇਹ ਇਟਰਨਲ ਹੈ। ਇਹ ਵੀ ਇਹਨੂੰ ਵੀ ਕਿਸੇ ਨਹੀਂ ਬਣਾਇਆ, ਇਹ ਰੱਬ ਹੈ। ਅਤੇ ਪੜ੍ਹ ਦਿਓ। ਹਾਂ ਤੁਸੀਂ ਪਹਿਲਾਂ ਵੀ ਇਹੀ ਕਹਿਣ ਲੱਗੇ ਸੀ, ਵਿੱਚ ਮੈਂ ਤੁਹਾਨੂੰ ਇੰਟਰਪਟ ਕਰਤਾ। ਨਹੀਂ ਉਹ ਠੀਕ ਹੈ, ਬੜਾ ਹੀ ਅੱਛਾ ਕੀਤਾ ਹੈ। ਜਿੰਨੇ ਵੀ ਸਵਾਲ ਹੋ ਸਕਣ ਜਵਾਬ ਤਾਂ ਬਾਈਬਲ ਨੇ ਦੇਣੇ, ਸਾਡੇ ਤੁਹਾਡੇ 'ਚ ਤਾਂ ਕੋਈ ਕਮਾਲ ਨਹੀਂ। ਹਾਂਜੀ ਇਹ ਤਾਂ ਬਾਈਬਲ ਹੀ
ਹਾਂ ਜੀ ਜੀ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਚੇਲਿਆਂ ਦੇ ਕਰਤੱਵ ਪੰਜ ਦੀ ਤਿੰਨ ਤੋਂ ਪੰਜ ਹਾਂਜੀ ਹਾਂਜੀ ਉਹਦੇ ਵਿੱਚ ਲਿਖਿਆ ਹੈ ਕਿਸ ਤਰ੍ਹਾਂ ਪਤਰਸ ਨੇ ਕਿਹਾ ਕਿ ਤੁਸੀਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ ਜਿਹੜਾ ਰੱਬ ਹੈਗਾ ਬਹੁਤ ਵੱਡਾ ਪਰੂਫ ਹੈ ਹਾਂਜੀ ਚੇਲਿਆਂ ਦੇ ਕਰਤੱਵ ਤਿੰਨ ਪੰਜ ਦੀ ਤਿੰਨ ਤੋਂ ਪੰਜ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ ਤਦ ਪਤਰਸ ਨੇ ਆਖਿਆ ਹਨੇਨਿਆ ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਅਤੇ ਉਸ ਖੇਤ ਦੇ ਮੁੱਲ ਵਿੱਚੋਂ ਕੁਝ ਰੱਖ ਛੱਡੇ ਜਦ ਤੀਕਰ ਉਹ ਰਿਹਾ ਕਿ ਤੇਰਾ ਆਪਣਾ ਨਾਂ ਰਿਹਾ ਤਾਂ ਜੋ ਵਿਕ ਗਿਆ ਤਾਂ ਤੇਰੇ ਵੱਸ ਵਿੱਚ ਨਾ ਸੀ ਤੂੰ ਕਿਉਂ ਇਸ ਗੱਲ ਆਪਣੇ ਮਨ ਵਿੱਚ ਸੋਚੀ ਤੂੰ ਮਨੁੱਖ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਨਾਲ ਝੂਠ ਬੋਲਿਆ ਹੈ ਹਾਂਜੀ ਠੀਕ ਹੈ ਹਾਂਜੀ ਯਾਨੀ ਕਿ ਉਹ ਵੀ ਰੱਬ ਹੈਗਾ ਇੱਥੇ ਬੜਾ ਕਲੀਅਰ ਹੈ ਹਾਂਜੀ ਠੀਕ ਹੈ ਕਿ ਤੂੰ ਰੱਬ ਨਾਲ ਯਾਨੀ ਪਵਿੱਤਰ ਆਤਮਾ ਨਾਲ ਜਿਹੜਾ ਰੱਬ ਹੈ ਉਹਦੇ ਅੱਗੇ ਝੂਠ ਬੋਲਿਆ ਹਾਂਜੀ ਉਹਦੇ ਅੱਗੇ ਠੀਕ ਹੈ ਇਹਦੇ ਵਿੱਚ ਬਹੁਤ ਇੱਕ ਹਵਾਲਾ ਹੋਰ ਨੋਟ ਕਰ ਲਓ ਕਿ ਇਬਰਾਨੀਆਂ 9 ਦੀ ਤੁਸੀਂ ਕਿਹਾ ਸੀ ਉਹ ਹਾਂ 9 ਦੀ 14 ਹਾਂਜੀ 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 ਉਹ ਵੀ ਜੀ ਉਹ ਵੀ ਪੜ੍ਹ ਦਈਏ ਜੀ ਹਾਂਜੀ ਉਹ ਵੀ ਪੜ੍ਹ ਦਿਓ ਜੀ ਜੀ ਲਓ ਜੀ ਆਪਾਂ ਪੜ੍ਹਦੇ ਹਾਂ ਜੀ ਇਬਰਾਨੀਆਂ 9 ਦੀ 14 ਉਸ ਦੇ ਵਿੱਚ ਲਿਖਿਆ ਹੈ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨ੍ਹਾਂ ਨੇ ਸਦੀਪਕ ਆਤਮਾ ਆਤਮਾ ਦੇ ਰਾਹੀਂ ਹਾਂਜੀ ਠੀਕ ਹੈ ਆਪਣੇ ਆਪ ਨੂੰ ਦੋਸ਼ ਰਹਿਤ ਪਵਿੱਤਰ ਅਤੇ ਅੱਗੇ ਚੜਾਇਆ ਤੁਹਾਡੇ ਅੰਤਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰਨਗੇ ਜਿਨ੍ਹਾਂ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋ ਹਾਂਜੀ ਸਦੀਪਕ ਆਤਮਾ ਪਵਿੱਤਰ ਆਤਮਾ ਰੱਬ ਦੇ ਬਾਰੇ ਅਤੇ ਮਾਈਟੀ ਗੋਡ ਵੀ ਹੈਗਾ ਉਹ ਕਿੱਥੇ ਹੈਗਾ ਉਹਨੂੰ ਤੁਸੀਂ ਲਿਖ ਲਓ ਰੋਮੀਓ 15:18 ਫਿਰ ਇੱਕ ਹੋਰ ਲਿਖ ਲਓ ਕਿ ਉਹ ਵੀ ਸਭ ਕੁਝ ਜਾਣਦਾ ਹੈ ਜਿੰਝ ਰੱਬ ਜਾਣਦਾ ਇਸ ਲਈ ਉਹ ਵੀ ਰੱਬ ਹੀ ਹੈਗਾ ਨਾ ਜਿਹਨੂੰ ਓਮਨੀਸ਼ੈਂਟ ਜਿਹਨੂੰ ਕਹਿ ਲਓ ਹੈ ਆਲ ਨੋਇੰਗ ਪਹਿਲਾਂ ਕਰੰਥੀਆਂ 2:11 ਜਿਹੜੀ ਆਲਰੇਡੀ ਪੜ੍ਹੀ ਸੀ ਹਾਂਜੀ ਇਹ ਵੀ ਹਰ ਜਗ੍ਹਾ ਓਮਨੀ ਪ੍ਰੈਜੈਂਟ ਹੈ ਹਰ ਜਗ੍ਹਾ ਮੌਜੂਦ ਹੈ ਜ਼ਬੂਰ 139 ਦੀ 7ਵੀਂ ਆਇਤ ਸਾਮਜ਼ 139:7 ਸੋ 139 ਦੀ ਕਿੰਨੀ 7 ਓਕੇ ਇਸ ਲਈ ਇਹ ਬੜੇ ਹੀ ਐਟਰੀਬਿਊਟਸ ਜਿਹੜੇ ਰੱਬ 'ਚ ਨੇ ਉਹ ਪਵਿੱਤਰ ਆਤਮਾ 'ਚ ਵੀ ਵੇਖ ਰਹੇ ਹੋਰ ਵੀ ਲਿਖ ਲਓ ਕਿ ਉਹ ਹੋਲੀ ਹੈਗਾ ਲੂਕਾ 1:15 ਉਹ ਸੱਚ ਹੈਗਾ ਹੈ ਠੀਕ ਹੈ ਉਹਦਾ ਲਿਖ ਲਓ ਪਹਿਲਾ ਯੋਹੰਨਾ 5:7 ਅਤੇ ਉਹ ਵੀ ਰੱਬ ਵਾਲੀ ਗੱਲ ਦਿਆਲੂ ਕਿਰਪਾਲੂ ਹੈ ਠੀਕ ਹੈ ਯਾਨੀ ਰਹੀਮ ਨਹਿਮੀਆ ਕਿਤਾਬ ਹੈ ਨਾ 9 ਦੀ ਵੀ ਵੇਖ ਲਓ ਠੀਕ ਹੈ ਅਤੇ ਰੱਬ ਜਿੰਝ ਉਹਦੇ ਵਿੱਚ ਉਹ ਚਾਹੁੰਦਾ ਫੈਲੋਸ਼ਿਪ ਰੱਖਣੀ ਆ ਸ਼ਰਾਕਤ ਰੱਖਣੀ ਆ ਕੀ ਕਹਿ ਲਓ ਫੈਲੋਸ਼ਿਪ ਰੱਖਣੀ ਦੂਸਰਾ ਕਰੰਥੀਆਂ 13:14 ਸੋ ਇਹ ਸਾਰੀਆਂ ਗੱਲਾਂ ਦੂਜਾ ਕਰੰਥੀਆਂ 13:14 ਬੈਨਾਡਿਕਸ਼ਨ ਨਹੀਂ ਜਿੱਥੇ ਹਾਂ ਅੱਛਾ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਪਵਿੱਤਰ ਆਤਮਾ ਦੇ ਵਿੱਚ ਉਹੀ ਐਟਰੀਬਿਊਟਸ ਨੇ ਉਹੀ ਖੂਬੀਆਂ ਨੇ ਉਹੀ ਸਫਾਤ ਨੇ ਜਿਹੜੀਆਂ ਰੱਬ ਵਿੱਚ ਨੇ ਜਿਹੜੀਆਂ ਪ੍ਰਭੂ ਯਿਸੂ 'ਚ ਇਸ ਲਈ ਇਹ ਇਹ ਪਰੂਫ ਹੈ ਕਿ ਇਹ ਰੱਬ ਹੈਗਾ ਬਿਲਕੁਲ ਜੀ ਬਹੁਤ ਅੱਛੇ ਅਤੇ ਆਪਾਂ ਪੜ੍ਹਿਆ ਥੋੜ੍ਹਾ ਹਾਲੇ ਮੈਂ ਤਾਂ ਹੀ ਉਹ ਬਹੁਤੇ ਵੱਲ ਲਿਖਾ ਦਿੱਤੇ ਨੇ ਹੁਣ ਤੁਸੀਂ ਹਾਲੇਲੂਯਾ ਆਪਾਂ ਇਬਰਾਨੀਆਂ 9:14 ਤੋਂ ਬਾਅਦ ਰੋਮੀਆਂ 15:18 ਨਹੀਂ ਪੜ੍ਹਿਆ ਹਾਲੇ ਅੱਛਾ ਜੀ ਹਾਂਜੀ ਅਤੇ ਉਹ ਪੜ੍ਹਦੀ ਜੀ ਜੀ ਉਹ ਮਾਈਟੀ ਗੋਡ ਹਾਂਜੀ ਲਿਖਿਆ ਦੋ ਅਸੀਂ ਨਾ ਜੀ ਹਾਂ ਉਹ ਹੈਗਾ ਪਵਿੱਤਰ ਆਤਮਾ ਕਿਉਂਕਿ ਇਹੀ ਦੇਖ ਰਹੇ ਹਾਂ ਪਵਿੱਤਰ ਆਤਮਾ ਗੋਡ ਹੈ ਕਿ ਖਾਲੀ ਆਤਮਾ ਹੀ ਹੈ ਬਾਸਗਾਤ ਅਸੀਂ ਇਹ ਸੋਚਨੇ ਆ ਕਿ ਯਿਸੂ ਦੀ ਆਤਮਾ ਹੈ ਤੇ ਇਹ ਖੁਦ ਨਹੀਂ ਗੀ ਇਹ ਇਟ ਸੈਲਫ ਜਿਹੜਾ ਇਹ ਗੋਡ ਦੇ ਵਿੱਚੋਂ ਤਿੰਨ ਡਿਵਾਈਨ ਪਰਸਨੈਲਿਟੀਜ਼ ਨੇ ਪਿਤਾ ਪੁੱਤਰ ਪਵਿੱਤਰ ਆਤਮਾ ਠੀਕ ਹੈ ਹਾਂਜੀ ਇਹ ਤਿੰਨ ਡਿਵਾਈਨ ਪਰਸਨਸ ਨੇ
हाँ जी ये अलग अलग हाँ इन्हां दे रोल ने जी लेकिन एक ने हाँ बाद बाकियां पिता दे ते यीशु मसीह दे रोल भी आपां बखरे बखरे वो भी करांगे रब दे विचों तीन डिवाइन परसन्स ने ठीक है जात एक ही है लेकिन उन्हां दे रोल्स अलग ने बिल्कुल रोमिया आपां जिस तरह आदम तो आपां सारी जनता उन्हां दा मां प्यो ते ओही है बिल्कुल लेकिन अलग अलग शख्स ने बिल्कुल जी है सारे इंसान सो ये बात इस गल हाँ जी ते हाँ जी आपां पढ़दे हां जी रोमिया 15 दी 18 उस विच लिखिया है क्यों जो मेरा ह्याओ नहीं यही 15 दी हाँ ह्याओ नहीं पैंदा जो मैं होरना कम्मां दी गल दी गल्लां करां बिना उस दे जिहड़ा मसीह ने प्राइया कौमा नू आग्याकार करन ले वचन दे करनी तो अगे 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 पढ़ो हाँ जी पवित्र आत्मा शक्तिशाली है निशानियां अते करामातां दी शक्ति नाल अते पवित्र आत्मा दी समर्था नाल समर्था मेरे हथी कीता है जिथों तोड़ की मैं जो मैं यरूशलम तो लै के चार छपेरे इस पवित्र आत्मा की शक्ति दे नाल जिस तरह पिछली वारी जिक्र होया कि पवित्र आत्मा की शक्ति ते परमेश्वर की कृपा दे नाल यीशु भी पैदा हो गया शक्ति सो आपां ये देख रहे सां कि इटरनल है की है उन्हों पंजाबी च कह लिए सदीपक सदीपक है उदे बाद ए, 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 माइटी ए, ए, माइटी गॉड है इदे विच भी है ना फिर उदे बाद ए सब कुछ जानता है ये सारे हवाले ये सारियां जड़ियां लिखाइयां ने ए एट्रीब्यूट्स या सफात ए रब जी ने इसलिए पवित्र आत्मा रब है वो भी रब है हाँ जी ट्रिनिटी या त्रिएक कठ दा तीसरा डिवाइन पर्सन है पहला पिता वे दूसरा प्रभु यीशु तीसरा पवित्र आत्मा ते ए तीनों गॉड इकट्ठे हो जांदे गॉड है बिल्कुल पहला पहला करंथियां 15 दी एक वर्स पढ़ दियो कि ए जदों अपने रोल खत्म करनगे ते पिता पुत्र पिता दे विच अपने आप नू कर लेगा ते फिर एको ही रब होएगा चलो जी ये पढ़ दियो की दस ऐसे पहला कौन थी 15 दी 27 ते 28 26 तो पढ़ दियो 25 तो पढ़ दियो सॉरी ये जदों रोल एक हुण प्रभु यीशु दी गल करदे आ ये सारे फिर इकट्ठे हो जाएंगे इकट्ठे हो जाएंगे जदों ये सारा सिस्टम अपना अपने रोल्स जी पढ़ दियो प्लीज हुण भी इकट्ठे आ ना लेकिन आप अपना रोल बखरा बखरा हन इस करके आप बखरे बखरे लग रहे हाँ जी लेकिन इन्हें एक सहमत होते हैं एक दूजे को रिस्पैक्ट देते हाँ जी जिस तरह आप कह सकते हैं ना अब तुम इकबाल साहब बैठे हो जी एक ही है इकबाल साहब मैं देख रहा थोड़ी बॉडी भी है स्पिरिट भी है सोल भी है जी सोल का फंक्शन अलग है बॉडी का फंक्शन अलग है स्पिरिट का फंक्शन अलग है बहुत अच्छा हाँ जी सो थोड़े समझण दे लई जिस तरह मैं अपने माँ बाप का बेटा वहाँ हाँ जी हाँ जी अपनी बीवी का हसबेंड हाँ ते बच्चों का प्यो वहाँ हाँ जी मतलब बड़ी उस रब दे लई बड़ी कमजोर वीक एग्जाम्पल ने लेकिन चूंकि असी समझ नहीं क्योंकि रब एको ही है ਉਹਦੀ ਐਗਜ਼ਾਮਪਲ ਸਮਝਣ ਦੇ ਲਈ ਕਿਹਦੇ ਨਾਲ ਐਗਜ਼ਾਮਪਲ ਦਈਏ ਨਹੀਂ ਦੇ ਸਕਦੇ ਬਾਕੀ ਐਗਜ਼ਾਮਪਲਾਂ ਜਿਹੜੀਆਂ ਉਦਾਹਰਣ ਕਮਜ਼ੋਰ ਕਮਜ਼ੋਰ ਪੈ ਜਾਂਦੀਆਂ ਥੋੜ੍ਹੀ ਸਾਨੂੰ ਸਮਝਣ ਦੇ ਲਈ ਹੈ ਨਾ ਸੋ ਕੀ ਸੀ ਹਾਂਜੀ ਜੀ ਜੀ ਆਪਾਂ ਕੀ ਪੜ੍ਹ ਰਹੇ ਸੀਗੇ ਜੀ ਪਹਿਲਾਂ ਗ੍ਰੰਥੀਆਂ ਜੀ 15 ਦੀ 18 ਹਾਂਜੀ 15 ਦੀ 25 ਤੋਂ 28 ਇਹ ਪੜ੍ਹ ਦਿਓ ਇਹ ਸਿਰਫ ਉਦਾਹਰਣ ਇਸ ਲਈ ਐਗਜ਼ਾਮਪਲ ਇਸ ਲਈ ਦੇ ਰਹੇ ਹਾਂ ਕਿ ਜਦੋਂ ਪ੍ਰਭੂ ਯਸੂ ਆਪਣਾ ਰੋਲ ਮੁਕਾਏਗਾ ਤੇ ਉਹ ਕਿਹਦੇ ਚਲਾ ਜਾਏਗਾ ਵੇਖੋ
ਤੇ ਉਹਦੇ ਬਾਅਦ ਇਹ ਕੀ ਹੋ ਜਾਏਗਾ, ਇਹ ਪੜ੍ਹ ਦਿਓ ਪਲੀਜ਼ ਤੇ ਫਿਰ ਇਹਨੂੰ ਫਾਈਨਲ ਕਰ ਦਿਓ। ਹਾਂਜੀ, ਪਹਿਲਾ ਗ੍ਰੰਥਿਆ 15:25-28 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਿਉਂ ਜੋ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ, ਯਿਸੂ ਮਸੀਹ ਮਤਲਬ ਗੱਲ ਕਰ ਰਿਹਾ, ਪ੍ਰਭੂ ਯਿਸੂ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ, ਉਹਨਾਂ ਚਿਰ ਉਸ ਦਾ ਉਸਨੇ ਰਾਜ ਕਰਨਾ ਹੈ। ਹਾਂਜੀ, ਇਹ ਹਜ਼ਾਰ ਸਾਲਾਂ ਬਾਦਸ਼ਾਹੀ ਦੀ ਗੱਲ। ਹਾਂ ਹਾਂਜੀ, ਛੇਕਲਾ ਵੈਰੀ ਜਿਸਦਾ ਨਾਸ਼ ਹੋਣਾ ਹੈ ਸੋ ਹੈ ਮੌਤ, ਕਿਉਂਕਿ ਫਿਰ ਹੁਣ ਅੱਜ ਮੌਤ ਆਉਂਦੀ ਹੈ, ਮੌਤ ਨੂੰ ਵੀ ਯਿਸੂ ਮਸੀਹ ਨੇ ਮਤਲਬ ਉਸਦਾ ਵੀ ਨਾਸ਼ ਕਰਨਾ ਹੈ। ਇਸ ਲਈ ਉਹ ਮਰ ਕੇ ਫਿਰ ਮੌਤ ਨੂੰ ਹਰਾ ਦਿੱਤਾ। ਹਾਂਜੀ, ਉਹਨੇ ਮੌਤ 'ਤੇ ਜਿੱਤ ਪ੍ਰਾਪਤ ਖੁਦ ਕਰ ਲਈ ਸਾਡੇ ਲਈ, ਕਬਰ ਉੱਤੇ, ਮੌਤ ਉੱਤੇ, ਕਬਰ ਉੱਤੇ। ਹਾਂਜੀ ਹਾਂਜੀ, ਅਤੇ ਫਿਰ ਹੈ ਉਸ ਨੇ ਸਭ ਵਿੱਚੋਂ ਉਹਨਾਂ ਦੇ ਪੈਰਾਂ ਹੇਠ ਕਰ ਦਿੱਤਾ, ਉਹਨਾਂ ਨੂੰ ਸਭ ਕੁਝ ਯਿਸੂ ਦੇ ਪੈਰਾਂ ਹੇਠ ਕਰ ਦਿੱਤਾ, ਪਰ ਜਾਂ ਉਹ ਕਰਦਾ ਹੈ ਅਤੇ ਸਭੇ ਕੁਝ ਹੇਠ ਕੀਤਾ ਗਿਆ ਤਾਂ ਪਰਮੇਸ਼ੁਰ ਤਾਂ ਸੋਰੀ ਮੈਂ ਇਸਨੂੰ ਦੁਬਾਰਾ ਪੜ੍ਹਦਾ, ਠੀਕ ਹੈ, ਉਸਨੇ ਸਭ ਕੁਛ, ਯਿਸੂ ਮਸੀਹ ਨੇ ਸਭ ਕੁਛ ਉਸਦੇ ਪੈਰਾਂ ਹੇਠ ਕਰ ਦਿੱਤਾ, ਪਰਮੇਸ਼ੁਰ ਨੇ ਯਿਸੂ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਆਪ ਅਲੱਗ ਹੋ ਗਿਆ। ਹਾਂਜੀ ਠੀਕ, ਹਾਂ, ਉਸਨੇ ਸਭ ਕੁਛ ਉਸਦੇ ਪੈਰਾਂ ਹੇਠ ਕਰ ਦਿੱਤਾ, ਪਰ ਜਾਂ ਉਹ ਕਹਿੰਦਾ ਹੈ ਜੋ ਸਭੇ ਕੁਝ ਹੇਠਾਂ ਕੀਤਾ ਗਿਆ ਹੈ ਤਾਂ ਪ੍ਰਗਟ ਹੈ ਕਿ ਇਹ ਉਸਨੇ ਸਭ ਕੁਛ ਉਸਦੇ ਹੇਠ ਕਰ ਦਿੱਤਾ, ਉਹ ਆਪ ਹੇਠ ਹੋਣ ਤੋਂ ਰਹਿਤ ਹੈ। ਅਲੱਗ ਹੈ, ਹਾਂ, ਫਿਰ ਕੀ ਹੋਏਗਾ, ਅਤੇ 28 ਆਇਤ ਵਿੱਚ ਲਿਖਿਆ ਹੈਗਾ, ਅਤੇ ਜਾਂ ਸਭ ਕੁਛ ਉਸਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪੁੱਤਰ ਆਪ ਨੂੰ ਵੀ ਉਸਦੇ ਅਧੀਨ ਹੋਵੇਗਾ, ਜਿਸ ਨੇ ਸਭੇ ਕੁਝ ਉਸਦੇ ਅਧੀਨ ਕਰ ਦਿੱਤਾ, ਕਿ ਪਰਮੇਸ਼ੁਰ ਸਭਨਾ ਵਿੱਚੋਂ ਇੱਕ ਸਭ ਕੁਝ ਹੋਵੇ। ਠੀਕ ਹੈ, ਇਹ ਜਦੋਂ ਆਪਣਾ ਆਪਣਾ ਰੋਲ ਖਤਮ, ਇਹਨੂੰ ਇੰਗਲਿਸ਼ ਵੀ ਪੜ੍ਹ ਦਵਾਂ ਜੀ। ਹਾਂਜੀ ਹਾਂਜੀ, ਪਹਿਲਾ ਗ੍ਰੰਥੇ, ਸੋਰੀ ਮੈਂ ਥੋੜ੍ਹਾ ਜਿਹਾ ਹੋਰ ਥੋੜ੍ਹਾ ਇਹ, ਕਿਉਂਕਿ ਬੜੇ ਐਸੇ ਕੁਐਸਚਨ ਦੇ ਵਿੱਚ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ, ਹਾਂ, ਕਿ ਇਹ ਕਿੰਜ ਬਾਅਦ ਵਿੱਚ ਇਕੱਠੇ ਹੋ ਜਾਣਗੇ, ਅਤੇ ਉਹ ਜਿਹਨੂੰ ਅਸੀਂ ਰੱਬ ਕਹਿ ਰਹੇ ਹਾਂ ਗੋਡ, ਹਾਂਜੀ, ਇਹ ਤਿੰਨ ਗੋਡ ਦੇ ਵਿੱਚੋਂ ਤਿੰਨ ਇਲਾਹੀ ਸ਼ਖਸੀਅਤ ਕਿੰਜ ਇੱਕ ਹੋ ਕੇ ਤੇ ਫਿਰ ਗੋਡ ਬਣ ਗਏ, ਐਲੋਹੀਮ। ਹਾਂਜੀ ਹਾਂਜੀ, ਬਿਲਕੁਲ ਜੀ, ਹਾਂਜੀ, ਅਤੇ ਹਾਂ, ਚਲੋ ਮੈਨੂੰ ਯਾਦ ਆ ਗਿਆ, ਜਦੋਂ ਰੱਬ ਨੇ ਇਨਸਾਨ ਨੂੰ ਬਣਾਇਆ ਸੀਗਾ, ਉਹ ਕਹਿੰਦੇ ਸੀ ਆਓ ਅਸੀਂ ਜੈਨਸਿਸ 1:26-27 ਵੀ ਇਨਸਾਨ ਨੂੰ ਆਪਣੀ 26 'ਤੇ ਬਣਾਈਏ। ਹਾਂਜੀ, ਅਤੇ ਪਹਿਲਾਂ ਕਰਿੰਥੀਆਂ 15:26-28 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਹਦੇ ਵਿੱਚ ਲਿਖਿਆ ਹੈ, ਮੈਂ ਤਾਂ ਇੱਕ ਮਿੰਟ ਜੀ, ਮੈਂ ਰੋਮੀਆਂ ਕੱਢ ਕੇ ਬੈਠਾ, ਕਿਉਂਕਿ ਇਹ ਲਾਈਵ ਰੋਮੀਆਂ ਵੀ ਕ੍ਰਿਸਚਨ ਡਾਕਟਰਿਨ ਦੀ ਬੁੱਕ ਹੈਗੀ ਹੈ। ਹਾਂਜੀ, ਕਿਉਂਕਿ ਇੱਥੇ ਲਾਈਵ ਚੱਲ ਰਿਹਾ ਜੀ, ਇਹ 'ਚ ਕੱਟ ਕੁੱਟ ਨਹੀਂ ਹੈਗਾ, ਜੋ ਹੋ ਰਿਹਾ ਹੋ ਰਿਹਾ। ਹਾਂਜੀ, ਅਤੇ ਜੋ ਪੜ੍ਹੀ ਜਾ ਰਿਹਾ ਜੋ ਹੋ ਰਿਹਾ। ਹਾਂਜੀ, ਅਤੇ ਇਹਦੇ ਵਿੱਚ ਲਿਖਿਆ ਹੈ, ਪਹਿਲਾਂ ਕਰਿੰਥੀਆਂ 15:25 ਹੁਣ ਇੱਥੋਂ ਪੜ੍ਹਦੇ ਹਾਂ, for he must reign until he has put all his enemies under his feet. Jesus, the last enemy to be destroyed is death. For he has put everything under his feet. Yesu de sab unhe parach kar deta. Now then it says that everything has been put under him. Kede pairan thale Yesu de kar deta. Haan ji, it is clear that this does not include God himself. Pita de God ne e kaam karan de layi second divine person dusra tasleesh da kanu Yesu nu e kar ditta te aap alag reha. Haan ji, who put everything under Christ. Haan ji, who put everything under. Haan ji, theek hai, te role na Yesu da jadon e role muk jayega. Haan ji, phir 28 ayat vich likhya hai ga, when he has done this, the Son himself will be made subject to him who put everything under him, so that God may be all in all. God. ਥੋੜ੍ਹਾ ਜਿਹਾ ਜਿੱਦਾਂ ਉਹਦੇ ਥੱਲੇ ਇਹਦੇ ਥੱਲੇ ਕਿਹਦੇ ਉਹਦਾ ਥੋੜ੍ਹਾ ਜਿਹਾ ਲਿਖਾ, ਜ਼ਕਰੀਆ 14:9 ਵੀ ਲਿਖ ਲਓ, ਇਹ ਸਾਰੀਆਂ ਚੀਜ਼ਾਂ ਬਹੁਤ ਪਰੂਫ ਨੇ। ਇਹ ਜਦੋਂ ਤਿੰਨ ਇਲਾਹੀ ਜਾਂ ਰੂਹਾਨੀ ਸ਼ਖਸ ਆਪਣਾ ਆਪਣਾ ਰੋਲ ਕਰ ਲੈਣਗੇ,
ਤੇ ਇਹ ਜਦੋਂ ਇਕੱਠੇ ਹੁੰਦੇ ਨੇ ਇਹ ਹੀ ਗੋਡ ਬਣ ਜਾਂਦਾ ਤੇ ਜਦੋਂ ਇਹ ਇਹ ਪਲੁਰੈਲਿਟੀ ਉਹ ਕਹਿ ਲਓ ਹਾਂਜੀ ਬਹੁਤ ਵਾਚਕ ਹਾਂਜੀ ਉਹ ਉਹ ਉਹਦੇ ਵਿੱਚ ਇਹ ਇਕੱਠੇ ਹੋ ਜਾਂਦੇ ਨੇ ਠੀਕ ਹੈ ਇੱਕ ਤੇ ਜਦੋਂ ਰੋਲ ਵਿੱਚ ਆਉਂਦੇ ਨੇ ਇਹ ਵੱਖਰੇ ਵੱਖਰੇ ਡਿਵਾਈਨ ਪਰਸਨ ਜਾਂ ਰੂਹਾਨੀ ਸ਼ਖਸ ਨੇ ਹਾਂਜੀ ਸੋ ਹੋਲੀ ਸਪਿਰਿਟ ਜਿਹੜਾ ਹਾਂਜੀ ਸਵਾਲ ਸੀ ਉਹ ਵੀ ਰੱਬ ਹੈ ਰੱਬ ਹੈਗਾ ਹਾਂਜੀ ਠੀਕ ਹੈ ਬਿਲਕੁਲ ਜੀ ਜਿਸ ਤਰ੍ਹਾਂ ਆਪਣੇ ਉਤਪੁੱਤ ਦੀ ਪਹਿਲੀ ਦੂਜੀ ਆਇਤਾਂ ਦੇ ਵਿੱਚ ਪਹਿਲੀ ਤਿੰਨ ਆਇਤਾਂ ਪਹਿਲੇ ਪਾਰਟ ਦੀ ਪਹਿਲੀ ਤਿੰਨ ਆਇਤਾਂ ਹਾਂਜੀ ਉਸ ਵਿੱਚ ਲਿਖਿਆ ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪੁੱਤ ਕੀਤਾ ਹਾਂਜੀ ਅਤੇ ਉਹ ਪਰਮੇਸ਼ਰ ਦੀ ਹਾਂਜੀ ਅਤੇ ਉਹ ਜਿਹੜੀ ਇਹਨੂੰ ਜੇ ਹਿਬਰੂ ਓਰਿਜਨਲ ਬਾਈਬਲ ਵਿੱਚ ਦੇਖੀਏ ਉਹਦੇ ਵਿੱਚ ਲਿਖਿਆ ਹੈ ਐਲੋਹੀਮ ਐਲੋਹੀਮ ਹੁੰਦਾ ਹੈ ਪਲੂਰਲ ਲਫ਼ਜ਼ ਹੁੰਦਾ ਹਾਂਜੀ ਅਤੇ ਬਰਾਸ਼ੀਤ ਬਰਾਸ਼ੀਤ ਹਾਂਜੀ ਸ਼ੁਰੂ 'ਚ ਹਾਂ ਫਿਰ ਦੂਸਰੀ ਆਇਤ ਵਿੱਚ ਲਿਖਿਆ ਹੈ ਧਰਤੀ ਬੇਡੋਲ ਅਤੇ ਸੁੰਨੀ ਸੀ ਅਤੇ ਡੂੰਘੀਆਂ ਡੂੰਘਿਆਈ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸਿਉਂਦਾ ਸੀਗਾ ਹਾਂਜੀ ਜੋ ਪਰਮੇਸ਼ਰ ਦਾ ਆਤਮਾ ਠੀਕ ਹੈ ਤੇ ਉਹ ਆਤਮਾ ਪਵਿੱਤਰ ਆਤਮਾ ਦੀ ਗੱਲ ਹੋ ਰਹੀ ਫਿਰ ਤੀਸਰੇ ਤੇ ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਉਹਨੇ ਕਿਸੇ ਨੂੰ ਕਿਹਾ ਚਾਨਣ ਹੋ ਜਾ ਕਿਹਨੂੰ ਚਾਨਣ ਹੋਈ ਹੈ ਜਿਹੜਾ ਖਲੋ ਕੇ ਕਹਿੰਦਾ ਮੈਂ ਦੁਨੀਆ ਦਾ ਚਾਨਣ ਹੈ ਦੁਨੀਆ ਦਾ ਠੀਕ ਹੈ ਸੋ ਇਸ ਤਰ੍ਹਾਂ ਇਹ ਸਾਨੂੰ ਇਹਨਾਂ ਦੇ ਮਿਲ ਜਾਂਦੇ ਨੇ ਅਲੱਗ ਅਲੱਗ ਡਿਵਾਈਨ ਪਰਸਨੈਲਿਟੀਜ਼ ਲੇਕਿਨ ਨੇ ਰੱਬ ਹਾਂ ਬਿਲਕੁਲ ਜੀ ਸੋ ਇੱਥੇ ਫਿਨਿਸ਼ ਕਰੀਏ ਜੀ ਦੇਖ ਲਓ ਹਾਂਜੀ ਆਪਾਂ ਇੱਥੇ ਫਿਨਿਸ਼ ਕਰ ਸਕਦੇ ਆਪਾਂ ਇਹ ਵੀ ਦੇਖ ਲਿਆ ਕਿ ਪਵਿੱਤਰ ਆਤਮਾ ਕਿੰਝ ਰੱਬ ਹੈ ਰੱਬ ਹੈ ਛੋਟੀ ਜੀ ਵਾਲਾ ਰੱਬ ਨਹੀਂ ਜਿਹੜੇ ਛੋਟੀ ਜੀ ਵਾਲੇ ਰੱਬ ਹਨ ਬਹੁਤ ਹਨ ਪਰ ਉਹ ਝੂਠੇ ਹਨ ਉਹ ਇਨਸਾਨਾਂ ਨੇ ਬਣਾਏ ਹੋਏ ਹਨ ਹੱਥਾਂ ਦੇ ਨਾਲ ਅਤੇ ਕੈਪੀਟਲ ਜੀ ਜੀ ਜਿਹੜਾ ਉਹ ਇੱਕੋ ਹੀ ਰੱਬ ਹੈ ਹਾਂ ਉਹ ਜਿਹਦੇ ਤਿੰਨ ਅਲੱਗ ਅਲੱਗ ਰੂਹਾਨੀ ਸ਼ਖਸ ਮੌਜੂਦ ਹਨ ਅਤੇ ਉਹਨਾਂ ਵਿੱਚੋਂ ਇੱਕ ਉਹ ਪਵਿੱਤਰ ਆਤਮਾ ਹੈ ਕੈਪੀਟਲ ਜੀ ਰੱਬ ਸੱਚਾ ਰੱਬ ਜਿਸ ਨੇ ਸਭ ਕੁਛ ਬਣਾਇਆ ਉਹਨਾਂ ਵਿੱਚੋਂ ਇਹ ਪਵਿੱਤਰ ਆਤਮਾ ਵੀ ਰੱਬ ਹੈ ਹਾਂਜੀ ਅਤੇ ਆਪਾਂ ਅੱਜ ਇਹ ਦੇਖ ਲਿਆ ਹਾਂਜੀ ਕਾਫੀ ਉਦਾਹਰਨਾਂ ਹਨ ਆਪਾਂ ਸਾਰੇ ਨਹੀਂ ਪੜ੍ਹਦਾ ਹਿੱਸਾ ਹਾਂਜੀ ਅਤੇ ਸਾਰੀਆਂ ਆਇਤਾਂ ਆਪਾਂ ਨਹੀਂ ਪੜ੍ਹ ਸਕੇ ਅਤੇ ਸੁਣਨ ਵਾਲਿਆਂ ਨੂੰ ਕਹਾਂਗੇ ਕਿ ਉਹ ਫਿਰ ਆਪਣੇ ਘਰ ਦੇ ਵਿੱਚ ਆਪਣੇ ਘਰ ਬੈਠ ਕੇ ਜਿੱਥੇ ਵੀ ਹਨ ਇਸ ਨੂੰ ਦੁਬਾਰਾ ਸੁਣਨ ਇਕੱਲੀ ਇਕੱਲੀ ਆਇਤ ਸੁਣ ਕੇ ਸਟੋਪ ਕਰਕੇ ਪੜ੍ਹ ਕੇ ਉਹ ਦੇਖਣ ਵਾਰ ਵਾਰ ਪੜ੍ਹਨ ਔਰ ਜੇ ਸਾਨੂੰ ਫਿਰ ਵੀ ਕੋਈ ਸਵਾਲ ਉਹਨਾਂ ਨੂੰ ਕੋਈ ਸ਼ੱਕ ਹੋਵੇ ਤਾਂ ਥੱਲੇ ਮੈਸੇਜ ਜ਼ਰੂਰ ਪਾ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦਾ ਜਵਾਬ ਦੇ ਸਕੀਏ ਅਤੇ ਪਰਮੇਸ਼ੁਰ ਸਭ ਨੂੰ ਬਰਕਤ ਹੈ ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਪਰਮੇਸ਼ੁਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਔਰ ਵਚਨ ਦੇ ਲਿਖਾਰੀ ਦਾ ਪਵਿੱਤਰ ਆਤਮਾ ਦਾ ਪਰਮੇਸ਼ੁਰ ਪਿਤਾ ਜਿਸ ਨੇ ਸਭ ਕੁਛ ਲਿਖਵਾਇਆ ਆਪਦਾ ਸ਼ੁਕਰ ਕਰਦੇ ਹਾਂ ਪਰਮੇਸ਼ੁਰ ਪਿਤਾ ਜੋ ਕੁਛ ਵੀ ਬੋਲਿਆ ਗਿਆ ਪੜ੍ਹਿਆ ਗਿਆ ਸੁਣਿਆ ਗਿਆ ਸਮਝਿਆ ਗਿਆ ਜੋ ਸਾਡੇ ਨਾਲ ਆਪਣੇ ਗੱਲਬਾਤ ਕੀਤੀ ਆਪਦਾ ਸ਼ੁਕਰ ਕਰਦੇ ਹਾਂ ਔਰ ਸਭ ਨੂੰ ਆਪ ਦੀ ਗੱਲਬਾਤ ਨੂੰ ਬੱਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਟੱਕਦੇ ਹਾਂ ਪਰਮੇਸ਼ੁਰ ਪਿਤਾ ਤਾਂ ਕਿ ਸ਼ੈਤਾਨ ਜੋ ਚੋਰ ਜਾਂ ਚੋਰੀਆਂ ਕਰਦਾ ਉਸ ਬੱਚਨ ਨੂੰ ਕੀਮਤੀ ਚੀਜ਼ਾਂ ਨੂੰ ਚੁਰਾ ਨਾ ਸਕੇ ਔਰ ਜੋ ਇਹ ਵਚਨ ਜੋ ਬੀਜ ਜੋ ਹੈ ਇਹ ਪਰਮੇਸ਼ੁਰ ਪਿਤਾ ਸਾਡੇ ਅੰਦਰ ਵਧੇ ਫੁੱਲੇ ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ੁਰ ਪਿਤਾ ਆਪਦੇ ਰਾਜ ਦੇ ਲਈ ਆਪਦੇ ਜਲਾਲ ਦੇ ਲਈ ਆਪਦੇ ਮਕਸਦ ਦੇ ਲਈ ਆਪ ਜੀ ਦਾ ਮਕਸਦ ਪੂਰਾ ਹੋਵੇ ਪਰਮੇਸ਼ੁਰ ਪਿਤਾ ਔਰ ਆਪ ਦਾ ਸ਼ੁਕਰ ਕਰਦੇ ਹਾਂ ਇਸ ਵਚਨ ਦੇ ਲਈ ਔਰ ਇਹ ਸਾਰੀ ਬਾਈਬਲ ਸਟੱਡੀ ਦੇ ਲਈ ਇਸ ਦਾ ਸਾਰਾ ਜਲਾਲ ਸਾਰੀ ਮਹਿਮਾ ਆਪ ਨੂੰ ਦਿੰਦੇ ਹਾਂ ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ।